ਸਕੂਲਾਂ ਦੇ ਵਿੱਚ, ਥਾਈਆਂ ਦੇ ਵਿੱਚ, ਦਰਵਾਜ਼ਿਆਂ ਦੇ ਵਿੱਚ ਸਾਰੇ ਕੰਮ ਕੀਤੇ ਨੇ, ਕੋਈ ਕੰਮ ਛੱਡੇ ਹੀ ਨਹੀਂ। ਬਹੁਤ ਮਾੜਾ ਹਾਲਤ ਹੀ ਜੀ ਪਿੰਡ ਦਾ, ਬਹੁਤ ਜ਼ਿਆਦਾ ਪਾਣੀ ਦਾ ਵਿਕਾਸ ਨਹੀਂ ਸੀ ਕਿਤੇ ਵੀ, ਬਹੁਤ ਜ਼ਿਆਦਾ ਹਤੀ ਜੀ, ਟੋਬਾ ਵੀ ਬਹੁਤ ਜ਼ਿਆਦਾ ਭਰਿਆ ਪਿਆ ਸੀ ਪਿੰਡ ਦੇ ਵਿੱਚ, ਪਾਣੀ ਵਰਤਿਆ ਸੀ ਬਹੁਤ ਜ਼ਿਆਦਾ। ਇੱਕ ਡਿਸਪੈਂਸਰੀ ਹੋਵੇ ਜੀ ਪਿੰਡ ਦੇ ਵਿੱਚ, ਇੱਕ ਐਂਬੂਲੈਂਸ ਵੀ ਚਾਹੀਦੀ ਹੈ ਜੀ ਪਿੰਡ ਦੇ ਵਿੱਚ, ਗਰੀਬਾਂ ਵਾਸਤੇ। ਹਾਂਜੀ, ਸਾਡਾ ਦਰਵਾਜ਼ਾ ਸਾਫ਼ ਹੋਵੇ, ਸਾਡਾ ਸਕੂਲ ਸਾਫ਼ ਹੋਵੇ ਸਾਡੇ ਬੱਚਿਆਂ ਲਈ, ਬਸ ਸਾਨੂੰ ਇਸੇ ਸੋਚ। ਹੋਰ ਕੰਮ ਸਾਰੇ ਕਰਤੇ ਜੀ ਇਹਨੇ, ਦਰਵਾਜ਼ੇ, ਥਾਈਆਂ, ਕੁੱਲ ਚੀਜ਼ ਸਮਾਨਤੀ ਜੀ ਸਾਰਾ ਕੁਛ। ਹਾਂਜੀ, ਪਹਿਲਾਂ ਨਹੀਂ ਕਦੇ ਦੇਖਿਆ? ਨਾ ਜੀ, ਕਦੇ ਵੀ ਨਹੀਂ ਦੇਖਿਆ। ਅੱਜ ਤੁਸੀਂ ਇਹ ਦੇਖ ਲਓ, ਕਿਸੇ ਸ਼ਹਿਰ 'ਚ ਵਗ ਜਾਓ, ਪਟਿਆਲੇ ਵਗ ਜਾਓ, ਸੰਗਰੂਰ ਵਗ ਜਾਓ, ਕਿੰਨੀ ਸਾਡੇ ਪਿੰਡ 'ਚ ਲਾਈਟ ਲੱਗੀ ਵੀ ਕਿਤੇ ਦਿਖਾ ਦਿਓ। ਸਭ ਤੋਂ ਵੱਡਾ ਵੀ ਇੱਕ ਪੈਲਸ ਬਣੇ, ਜੋ ਗਰੀਬ ਨੇ ਵਿਆਹ ਕਰਨਾ ਉਸ ਵਾਸਤੇ ਇੱਕ ਡਿਸਪੈਂਸਰੀ ਦਾ ਵੀ ਆ, ਵੀ ਪਿੰਡ ਵਿੱਚ ਡਿਸਪੈਂਸਰੀ ਹੋਵੇ, ਗਰੀਬ ਆ ਕੋਈ ਉੱਥੇ ਦਵਾਈ ਲਵੇ। ਨਾਭਾ ਹਲਕੇ ਦਾ ਪਿੰਡ ਬਨੇਰਾ ਕਲਾਂ, ਜਿੱਥੋਂ ਕਿ 1100 ਦੇ ਲਗਭਗ ਵੋਟ ਆ, ਕਰੋੜਾਂ ਰੁਪਈਆ ਇਸ ਪਿੰਡ ਨੂੰ ਪੰਜਾਬ ਦੀਆਂ ਸਰਕਾਰਾਂ ਵੱਲੋਂ ਵਿਕਾਸ ਕਾਰਜਾਂ ਦੇ ਲਈ ਦਿੱਤਾ ਗਿਆ। ਪਿੰਡ ਦੇ ਲੋਕ ਇੱਕ ਪਾਸੇ ਖੜ੍ਹੇ ਨੇ, ਇੱਕ ਪਾਸੇ ਮਹਿਲਾਵਾਂ ਤੁਹਾਨੂੰ ਦਿਖਾ ਰਹੇ ਅਤੇ ਦੂਸਰਾ ਜੈਂਟਸ ਖੜ੍ਹੇ ਨੇ। ਪਿੰਡ ਦੇ ਵਿਕਾਸ ਦੀਆਂ ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਕਹਿੰਦੇ ਉਹ ਰਾਸਤੇ ਪੱਕੇ ਕਰਤੇ ਜਿਨ੍ਹਾਂ ਦੀ ਕੋਈ ਉਮੀਦ ਨਹੀਂ ਸੀ, ਕਦੇ ਉਮੀਦ ਨਹੀਂ ਸੀ ਵੀ ਇਹ ਪੱਕੇ ਹੋਣਗੇ ਨਹੀਂ ਹੋਣਗੇ। ਲੋਕਾਂ ਦੀਆਂ ਜੋ ਉਮੀਦਾਂ ਤੀਆਂ ਉਹਨਾਂ ਦੀਆਂ ਉਮੀਦਾਂ 'ਤੇ ਗੁਰਮੀਤ ਕੌਰ ਸਰਪੰਚ ਕਹਿੰਦੇ ਖਰੀ ਉੱਤਰ ਦੀ ਨਜ਼ਰ ਆ ਰਹੀ ਹੈ। ਬਾਕੀ ਗੱਲਬਾਤ ਕਰਾਂਗੇ, ਕਿਉਂਕਿ ਗੱਲਬਾਤ ਕਰਾਂਗੇ 5 ਸਾਲ ਦੇ ਕਾਰਜਕਾਲ ਦੌਰਾਨ, ਭਾਵੇਂ ਕਿ ਪੰਚਾਇਤਾਂ ਨੂੰ ਹੁਣ ਪੰਜਾਬ ਸਰਕਾਰ ਨੇ ਭੰਗ ਕਰ ਦਿੱਤਾ ਗਿਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ 5 ਸਾਲ ਦੇ ਦੌਰਾਨ ਕਿੰਨਾ ਪੈਸਾ ਇਸ ਪਿੰਡ ਬਨੇਰਾ ਕਲਾਂ ਦੇ ਵਿੱਚ ਲਗਾਇਆ ਗਿਆ। ਗੁਰਮੀਤ ਕੌਰ ਜੀ, ਤੁਹਾਡਾ ਸਵਾਗਤ ਆ, ਬਹੁਤ ਬਹੁਤ। ਕਿਸ ਤਰ੍ਹਾਂ ਦੇਖਦੇ 5 ਸਾਲ ਦੇ ਕਾਰਜਕਾਲ ਦੌਰਾਨ ਕੀ ਕੰਮ ਨੇ ਜਿਹੜੇ ਪਿੰਡ ਦੇ ਵਿੱਚ ਕੀਤੇ ਨੇ? ਸਾਰੇ ਕੀਤੇ ਨੇ ਜੀ, ਵਿਕਾਸ ਤੋਂ ਲੈ ਕੇ ਸਕੂਲਾਂ ਦੇ ਵਿੱਚ, ਥਾਈਆਂ ਦੇ ਵਿੱਚ, ਦਰਵਾਜ਼ਿਆਂ ਦੇ ਵਿੱਚ ਸਾਰੇ ਕੰਮ ਕੀਤੇ ਨੇ, ਕੋਈ ਕੰਮ ਛੱਡਿਆ ਹੀ ਨਹੀਂ ਜੀ, ਕੋਈ ਨਹੀਂ ਛੱਡਿਆ, ਕੋਈ ਨਹੀਂ ਛੱਡਿਆ। ਕਿੰਨਾ ਪੈਸਾ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਭੇਜਿਆ ਗਿਆ ਪਿੰਡ ਦੇ ਡਿਵੈਲਪਮੈਂਟ ਲਈ? ਕਿਹੜੇ ਕਿਹੜੇ ਰਾਸਤੇ ਮੇਨ ਸੀ ਜਿਹਨਾਂ ਦੀ ਬਹੁਤ ਜ਼ਰੂਰਤ ਸੀ? ਤੁਸੀਂ ਸਰਪੰਚ ਬਣਨ ਤੋਂ ਪਹਿਲਾਂ ਕਿਹੋ ਜਿਹਾ ਪਿੰਡ ਦਾ ਵਿਕਾਸ ਦੇਖਿਆ, ਪਿੰਡ ਦੇ ਕਿਹੋ ਹਾਲਾਤ ਦੇਖੇ? ਉਦੋਂ ਤੁਹਾਡੀ 35 ਸਾਲ ਦੇ ਲਗਭਗ ਉਮਰ ਸੀ ਜਦੋਂ ਤੁਹਾਨੂੰ ਪਿੰਡ ਦੇ ਲੋਕਾਂ ਨੇ ਸਰਪੰਚੀ ਦਾ ਅਹੁਦਾ ਦੇ ਕੇ ਨਿਵਾਜਿਆ। ਬਹੁਤ ਮਾੜਾ ਹਾਲਤ ਸੀ ਜੀ ਪਿੰਡ ਦਾ, ਬਹੁਤ ਜ਼ਿਆਦਾ ਪਾਣੀ ਦਾ ਵਿਕਾਸ ਨਹੀਂ ਸੀ ਕਿਤੇ ਵੀ, ਬਹੁਤ ਜ਼ਿਆਦਾ ਹਤੀ ਜੀ, ਟੋਬਾ ਵੀ ਬਹੁਤ ਜ਼ਿਆਦਾ ਭਰਿਆ ਪਿਆ ਸੀ ਪਿੰਡ ਦੇ ਵਿੱਚ, ਪਾਣੀ ਵਰਤਿਆ ਸੀ ਬਹੁਤ ਜ਼ਿਆਦਾ, ਬੀਹੀਆਂ ਦੇ ਵਿੱਚ ਲੰਘਣ ਨੂੰ ਕਿਤੇ ਜਗ੍ਹਾ ਨਹੀਂ ਹੁੰਦੀ ਸੀਗੀ, ਸੜਕਾਂ 'ਤੇ ਵੀ ਬਹੁਤ ਬੁਰਾ ਹਾਲ ਸੀਗਾ। ਕੀ ਲੱਗਦਾ 5 ਸਾਲ ਦੇ ਕਾਰਜਕਾਲ ਤੋਂ ਬਾਅਦ ਇਸ ਵਾਰ ਫਿਰ ਅਗਲੇ ਸਾਲ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ, ਕਿਹੜੇ ਕੰਮ ਅਧੂਰੇ ਰਹਿ ਗਏ ਜਿਹੜੇ ਤੁਹਾਡੀ ਸੋਚ ਮੁਤਾਬਕ ਨੇ? ਜਿਹੜੇ ਸੋਚ ਮੁਤਾਬਕ ਤਾਂ ਜੀ ਇਹੀ ਨੇ ਵੀ ਕਿਹੜੇ ਕਿਹੜੇ ਰਹਿ ਗਏ, ਪੈਲਸ ਜੀ, ਇੱਕ ਡਿਸਪੈਂਸਰੀ ਹੋਵੇ ਜੀ ਪਿੰਡ ਦੇ ਵਿੱਚ, ਇੱਕ ਐਂਬੂਲੈਂਸ ਵੀ ਚਾਹੀਦੀ ਹੈ ਜੀ ਪਿੰਡ ਦੇ ਵਿੱਚ, ਗਰੀਬਾਂ ਵਾਸਤੇ। ਹਾਂਜੀ, ਹੋਰ ਗਰੀਬ ਲੋੜਵੰਦ ਗਰੀਬ ਪਰਿਵਾਰਾਂ ਦੇ ਲਈ ਕੀ ਤੁਹਾਡੀ ਸੋਚ ਸੀ ਜਿਹੜੇ ਤੁਹਾਡਾ ਸਾਰਾ ਪਿੰਡ ਤੁਹਾਡੇ ਨਾਲ ਖੜਾ ਜੀ? ਬਹੁਤ ਪੂਰੀਆਂ ਕੀਤੀਆਂ ਨੇ ਜੀ ਸਹੂਲਤਾਂ, ਇਹ ਬਹੁਤ ਦਿੱਤੀਆਂ ਨੇਗੀਆਂ, ਕਲੋਨੀਆਂ ਵੀ ਦਿੱਤੀਆਂ ਨੇ ਜੀ ਇਹਨਾਂ ਨੂੰ, ਜ਼ਮੀਨਾਂ ਦੀ ਲੋੜ ਤੀ ਉਹ ਵੀ ਦਿੱਤੀਆਂ ਨੇ ਜੀ ਨੀਰਿਆਂ ਵਾਸਤੇ। ਹਾਂਜੀ,
ਕੀ ਕੰਮ ਕੀਤੇ ਨੇ ਸਰਪੰਚ ਨੇ? ਕਈ ਵਾਰ ਸਰਪੰਚ ਤਾਂ ਮੈਕ ਤੇ ਵੈਸੇ ਝੂਠ ਬੋਲ ਜਾਂਦੇ ਨੇ, ਤੁਸੀਂ ਦੱਸੋਗੇ ਕਿੰਨੇ ਕੰਮ ਕੀਤੇ ਨੇ? ਸਾਰੇ ਕੰਮ ਕੀਤੇ ਨੇ ਜੀ, ਸਾਰੇ ਪਿੰਡ ਦੇ ਵਧੀਆ ਕੰਮ ਸੰਭਾਰੇ ਨੇ। ਤੁਸੀਂ ਦੱਸੋ ਤੁਹਾਡਾ ਇੱਕ ਕੰਮ ਵਧੀਆ ਕਿਹੜਾ ਕੀਤਾ ਸਰਪੰਚ? ਸਾਡਾ ਤਾਂ ਇਹੀ ਕੰਮ ਪੱਕੀ ਕਰਦੀ ਹੈ, ਸਾਡੀ ਬੀਜ ਪੱਕੀ ਕਰਦੀ ਹੈ, ਸਾਡਾ ਘਰ ਦਾ ਸਰਪੰਚ ਤੀਸਰਾ ਲਵਾਈ ਹੈ। ਹੋਰ ਸਾਡਾ ਦੱਸੋ ਕੀ ਬਣਾ, ਕਿਹੜਾ ਕੰਮ ਸੀ ਤੁਹਾਡਾ, ਕਿਹੜੀ ਸੋਚ ਸੀ ਸਰਪੰਚ ਚੁਣਨ ਤੋਂ ਪਹਿਲਾਂ? ਸੋਚ ਵੀ ਸਾਡੇ ਰਸਤੇ ਸਾਫ਼ ਹੋ ਗਏ, ਸਾਡਾ ਦਰਵਾਜ਼ਾ ਸਾਫ਼ ਹੋ ਗਿਆ, ਸਾਡਾ ਸਕੂਲ ਸਾਫ਼ ਹੋ ਗਿਆ, ਸਾਡੇ ਬੱਚਿਆਂ ਲਈ, ਬਸ ਸਾਨੂੰ ਇਸੇ ਸੋਚ ਦੀ। ਹੋਰ ਕੀ ਕੰਮ ਕੀਤਾ? ਹੋਰ ਕੰਮ ਸਾਰੇ ਕਰਤੇ ਜੀ ਇਹਨੇ, ਦਰਵਾਜ਼ੇ ਥਾਈਆਂ ਕੁੱਲ ਚੀਜ਼ ਸੰਭਾਲਤੀ ਜੀ, ਸਾਰਾ ਕੁਛ। ਹਾਂਜੀ, ਪਹਿਲਾਂ ਨਹੀਂ ਕਦੇ ਦੇਖਿਆ? ਨਾ ਜੀ, ਕਦੇ ਵੀ ਨਹੀਂ ਦੇਖਿਆ। ਕੀ ਤੁਹਾਡੀ ਸੋਚ ਤੇ ਵੀ ਗੁਰਮੀਤ ਕੌਰ ਨੂੰ ਪੜ੍ਹੇ ਲਿਖੇ ਨੂੰ ਸਰਪੰਚ ਬਣਾਉਣਾ? ਹਾਂਜੀ ਹਾਂ ਹਾਂਜੀ, ਇਸ ਵਾਰ ਫਿਰ ਇਸ ਵਾਰ ਵੀ ਬਣਾਵਾਂਗੇ ਪੱਕਾ, ਜੇ ਸਰਕਾਰ ਧੱਕਾ ਕਰ ਗਈ। ਉਹ ਦੇਖੇ ਜਾਓ, ਉਹ ਮਹਾਰਾਜ ਦੀ ਮਰਜ਼ੀ ਆ, ਆਪਦੇ ਵੱਲੋਂ ਹਾਂ ਪੂਰਾ। ਆ ਬਿਲਕੁਲ ਜਿਹੜੀ ਗੱਲਬਾਤ ਕੀ ਕਰ ਰਿਹਾ, ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਵਿਕਾਸ, ਕਿੰਨੀ ਦੇਰ 'ਚ 5 ਸਾਲਾਂ ਦੇ ਵਿੱਚ ਕਿੰਨਾ ਪੈਸਾ ਤੁਹਾਨੂੰ ਸਰਕਾਰਾਂ ਵੱਲੋਂ ਆਇਆ, ਕੀ ਡਿਵੈਲਪਮੈਂਟ ਦੇ ਕੰਮ 'ਤੇ ਜਿਹੜੇ ਤੁਸੀਂ ਕਰਵਾਏ? ਸਭ ਤੋਂ ਵੱਡਾ ਤਾਂ ਮੁੱਦਾ ਸੀ ਸਕੂਲ ਦਾ, ਸਕੂਲ 'ਚ ਸਾਡੇ 'ਚ ਬਹੁਤ ਮਾੜੀ ਹਾਲਤ ਸੀ, ਬੱਚੇ ਪੜ੍ਹਨ ਆਉਂਦੇ ਅਤੇ ਕਾਉਣ ਵਾਲਾ ਭਵਿੱਖਾ। ਸਭ ਤੋਂ ਪਹਿਲਾਂ ਅਸੀਂ ਇੱਕ ਸਕੂਲ ਕਣੀ ਦੇਖਿਆ ਜੋ ਸਕੂਲ ਦੇ ਵਿੱਚ ਗੋਡੇ ਗੋਡੇ ਪਾਣੀ ਖੜ੍ਹਦਾ ਸੀ, ਵਿੱਚ ਸੱਪ ਵੀ ਹੁੰਦੇ ਤੇ। ਅਸੀਂ ਸਭ ਤੋਂ 20-25 ਲੱਖ ਰੁਪਈਆ ਲਾ ਕੇ ਪਹਿਲਾਂ ਸਕੂਲ ਦੇ ਕਮਰੇ ਤਿਆਰ ਕਰਕੇ ਸਕੂਲ ਦਾ, ਉਦੋਂ ਬਾਅਦ ਦਰਵਾਜ਼ਿਆਂ ਵਿੱਚ ਇਹ ਕੋਈ ਮਰਗਤ ਹੋ ਜਾਵੇ, ਉਰੇ ਬੈਠਣ ਵਾਸਤੇ ਲੋਕ ਬਹਿੰਦੇ ਨੇ, ਕੋਈ ਪ੍ਰੋਗਰਾਮ ਆ ਉਹ ਹੁੰਦੇ ਨੇ, ਉਹਦੇ ਵਾਸਤੇ ਸਾਰੀ 7 ਡਿਗਰੀ 'ਤੇ ਕਿਸੇ ਨੇ ਦਰਵਾਜ਼ੇ ਕਣੀ ਧਿਆਨ ਨਹੀਂ ਦਿੱਤਾ ਸੀ। ਸਾਡੇ 3 ਦਰਵਾਜ਼ੇ 'ਤੇ 3 ਦਰਵਾਜ਼ੇ ਅੱਜ ਤਿਆਰ ਕਰੇ ਪਏ ਨੇ। ਫਿਰ ਸਾਡੇ ਰਾਤ ਨੂੰ ਬੜੀਆਂ ਚੋਰੀਆਂ, ਮੱਝਾਂ ਚੋਰੀਆਂ ਹੋ ਗਿਆ ਤੀਆਂ। ਅੱਜ ਤੁਸੀਂ ਇਹ ਦੇਖ ਲਓ, ਕਿਸੇ ਸ਼ਹਿਰ 'ਚ ਵਗ ਜਾਓ, ਪਟਿਆਲੇ ਵਗ ਜਾਓ, ਸੰਗਰੂਰ ਵਗ ਜਾਓ, ਕਿੰਨੀ ਸਾਡੇ ਪਿੰਡ 'ਚ ਲਾਈਟ ਲੱਗੀ ਵੀ ਕਿਤੇ ਦਿਖਾ ਦਿਓ, ਹੋਰ ਪਿੰਡਾਂ 'ਚ ਸਾਰਿਆਂ 'ਚ ਵਗ ਜਾਓ। ਫਿਰ ਹੋਰ ਆ ਸ਼ਮਸ਼ਾਨ ਘਾਟ ਤੀ, ਸ਼ਮਸ਼ਾਨ ਘਾਟ ਦੇ ਵਿੱਚ ਸਾਡੇ ਬਹੁਤ ਮੀਂਹ ਆ ਜਾਂਦਾ ਤੀ, ਉਹਦੇ ਕਾਰਨ ਬਹੁਤ ਵੱਡੀ ਇੱਕ ਪਿੰਡ ਵਾਲਿਆਂ ਨੂੰ ਪ੍ਰੋਬਲਮ ਤੀ, ਸ਼ਮਸ਼ਾਨ ਘਾਟ ਵਿੱਚ ਨਾ ਛੱਡ ਤੀ, ਸੰਸਕਾਰ ਕਰਨ ਨੂੰ ਵੀ ਛੱਡ ਨਹੀਂ ਤੀ, ਉਹਦੇ ਵਿੱਚ ਪੇਵਰ ਇੱਟ ਲਵਾ ਕੇ ਸਾਰਿਆਂ 'ਚ ਸੈੱਡ ਲਾਤੇ। ਕਿਹੜੀ ਸੋਚ ਆ, ਕੀ ਮੰਗ ਅੱਗੇ, ਅਗਲੀ ਸਰਪੰਚ ਚੋਣਾਂ ਆ ਰਹੀਆਂ ਨੇ, ਕਿਹੜੇ ਕਿਹੜੇ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਅਧੂਰੇ ਰਹਿ ਗਏ ਹੁਣ? ਇੱਕ ਤਾਂ ਸਾਡਾ, ਚਲੋ ਇਹ ਆ ਗੱਲ, ਸਭ ਤੋਂ ਵੱਡਾ ਵੀ ਇੱਕ ਪੈਲਸ ਬਣੇ ਜੋ ਗਰੀਬ ਨੇ ਵਿਆਹ ਕਰਨਾ, ਉਸ ਵਾਸਤੇ ਇੱਕ ਡਿਸਪੈਂਸਰੀ ਦਾ ਵੀ ਆ, ਵੀ ਪਿੰਡ ਵਿੱਚ ਡਿਸਪੈਂਸਰੀ ਹੋਵੇ, ਗਰੀਬ ਆ ਕੋਈ ਉੱਥੇ ਦਵਾਈ ਲਵੇ। ਹੋਰ ਕੰਮ ਅਸੀਂ ਸਾਰੇ ਨੇ ਪਰੇ ਚਾੜੇ ਦਿੱਤੇ ਨੇ। ਸਰਕਾਰਾਂ ਨੇ ਸਹਿਯੋਗ ਦਿੱਤਾ ਪਿੰਡ ਦੀ ਪੰਚਾਇਤ ਨੂੰ? ਚਲੋ ਸਰਕਾਰਾਂ ਨੇ, ਹਾਂ ਜਿੰਨਾ ਸਰਕਾਰਾਂ ਨੇ ਕਰਿਆ ਵਧੀਆ ਕਰਿਆ, ਐਂ ਤਾਂ ਸਾਨੂੰ ਉਮੀਦ ਨਹੀਂ ਸੀ ਕਿਹੜੀਆਂ ਸਾਡੇ ਸੜਕਾਂ ਬਣ ਗਈਆਂ, ਮੈਨੂੰ ਐਂ ਲੱਗਦਾ ਉਹ ਰਸਤੇ ਦੀ ਉਮੀਦ ਕਿਸੇ ਨੂੰ ਹੈ ਨਹੀਂ ਸੀ ਵੀ ਉਹ ਕਦੇ ਬਣ ਜਾਣਗੇ ਪਿੰਡ ਵਿੱਚ, ਅੱਜ ਉਹ ਵੀ ਰਸਤੇ ਸਾਡੇ ਸਾਰੇ ਪੱਕੇ ਹੋਏ ਪਏ ਨੇ। ਮੌਜੂਦਾ ਸਰਕਾਰ ਨੇ ਕੋਈ ਕੀਤਾ 2.5 ਸਾਲ ਦੇ ਦੌਰਾਨ ਤੁਹਾਡੇ ਪਿੰਡ ਦੇ ਵਿੱਚ? ਨਹੀਂ, ਮੌਜੂਦਾ ਸਰਕਾਰ ਨੇ, ਚਲੋ ਹਰਚੰਦ ਸਿੰਘ ਬਰਸਟ ਚੇਅਰਮੈਨ ਸਾਹਿਬ, ਉਹਨਾਂ ਨੇ ਇੱਕ ਸੜਕ ਇੱਕ ਸੈੱਡ ਵਾਸਤੇ ਮੰਡੀ ਦੀ ਵਾਸਤੇ, ਅਸੀਂ ਸਰਪੰਚ ਸਾਹਿਬ 2 ਛੋਟੇ ਮਨੇਰੇ ਵਾਲਾ ਸਰਪੰਚ ਮੈਂ, ਅਸੀਂ ਗਏ, ਸਾਨੂੰ 1 ਕਰੋੜ ਰੁਪਏ ਦਾ ਉਹਨਾਂ ਨੇ ਜਾਰੀ ਕੀਤਾ ਪਿੰਡ ਵਾਸਤੇ। ਕਿਸ ਤਰ੍ਹਾਂ ਦੇਖਦੇ ਹੋ, ਖੁਸ਼ ਹੋ ਪਿੰਡ ਦੇ ਵਿਕਾਸ, ਪਿੰਡ ਦੀ ਪੰਚਾਇਤ ਤੋਂ? ਪੂਰੇ ਖੁਸ਼ ਹਾਂ ਜੀ। ਅਸੀਂ ਤਾਂ ਜਿਹੜੀ ਮਾਨ ਸਾਹਿਬ ਤੁਸੀਂ ਗੱਲ ਕਹਿ ਕੇ ਹੱਟਾਂ, ਚਲੋ ਇਹ ਵੀ ਗੱਲ ਠੀਕ ਹੈ ਵੀ ਸਰਪੰਚ ਝੂਠ ਬੋਲ ਜਾਂਦੇ, ਕਿਉਂਕਿ ਕਈ ਝੂਠ ਬੋਲ ਜਾਂਦੇ ਨੇ, ਤੁਸੀਂ ਉਹਦੇ ਆਧਾਰ 'ਤੇ ਬੋਲ ਰਹੇ ਹੋ, ਪਰ ਇਹ ਝੂਠ ਬੋਲਣ ਵਾਲੇ ਸਰਪੰਚ ਨਹੀਂ ਹਨ। ਪਤਾ ਕੀ ਹੈ ਜੀ, ਜਿਹੜੇ ਅਮੀਰ ਲੋਕ ਨੇ ਉਹ ਤਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਈ ਜਾਂਦੇ ਨੇ, ਜ਼ਿਆਦਾ ਕਰ ਲੋੜ ਤਾਂ ਗਰੀਬਾਂ ਨੂੰ ਹੁੰਦੀ ਹੈ ਜੀ, ਜਿਹੜੇ ਬੰਦੇ ਖਰਚਾ ਨਹੀਂ ਕਰ ਸਕਦੇ, ਉਹਨਾਂ ਦੇ ਖਰਚੇ ਦੇ ਵਾਸਤੇ ਉਹਨਾਂ ਨੇ ਸਕੂਲ ਦੇ ਵਿੱਚ ਇੰਨਾ ਪੈਸਾ ਲਾਤਾ। ਜਦ ਤੁਸੀਂ ਦੇਖਦੇ ਹੋ, ਬਲਕਿ ਤੁਸੀਂ ਸਾਡੇ ਵੀ ਕਹਿਣ ਦੀ ਗੱਲ ਨਹੀਂ, ਉਦੋਂ ਪਹਿਲਾਂ ਵੀ ਤਾਂ ਤੁਸੀਂ ਮਾਨ ਸਾਹਿਬ ਦੇਖਦੇ ਆਏ ਹੋ ਵੀ ਹੁਣ ਵੀ ਸਕੂਲ ਦੀ ਹਾਲਤ ਦੇਖਦੇ ਹੋ, ਉਦੋਂ ਵੀ ਦੇਖੀ ਹੋ ਤੁਸੀਂ, ਸਕੂਲ ਦਾ ਬਹੁਤ ਵਧੀਆ ਹਾਲਤ ਪਿੰਡ ਦੀ ਦੇਖ ਰਹੇ ਹੋ, ਕਿਸੇ ਦਾ ਵੀ ਕੋਈ ਪਾਰਟੀ ਬਾਜੀ ਤੋਂ ਉੱਚੇ ਉੱਠ ਕੇ
ਕੋਈ ਪਿੰਡ ਦਾ ਕੰਮ ਰਹਿ ਗਿਆ ਹੋਵੇ, ਕੋਈ ਬੰਦਾ ਇਹ ਗੱਲ ਕਹਿੰਦੇ ਵੀ ਮੈਂ ਸੈਨ ਮੋਹਰ ਨੂੰ ਆਇਆ ਭਾਈ ਉਹਦੇ ਕਰਕੇ ਕਿਸੇ ਨੂੰ ਜਵਾਬ ਮਿਲ ਗਿਆ, ਦੇਖੋ ਉੱਦਾਂ ਦਾ ਕੋਈ ਕਹੀ ਜਾਵੇ ਪਰ ਕੋਈ ਪਿੰਡ ਦੇ ਵਿੱਚ ਕੋਈ ਕਹਿ ਨਹੀਂ ਸਕਦਾ ਵੀ ਜਿਹੜਾ ਵੀ ਕੰਮ ਕੋਈ ਰਹਿੰਦਾ ਚਲੋ ਉਹਦੀ ਵੀ ਅਸੀਂ ਉਮੀਦ ਰੱਖਦੇ ਹਾਂ ਵੀ ਹੋਊਗਾ। ਜੇ ਕੋਈ ਸਰਕਾਰਾਂ ਦੀ ਗੱਲ ਕਰਦੇ ਹੋ ਸਰਕਾਰਾਂ ਤਾਂ ਕਿਆ ਕਰਨਗੀਆਂ, ਸਾਡੇ ਬਸ ਨਹੀਂ, ਸਾਡਾ ਜਿਹੜਾ ਕੰਮ ਆ ਵੋਟਾਂ ਪਾਉਣੀਆਂ ਮਦਦ ਕਰਨੀ ਉਹ ਅਸੀਂ ਕਰਾਂਗੇ, ਕਿਉਂਕਿ ਇਹਨਾਂ ਦੇ ਕੰਮ ਕਾਰਾਂ ਨੂੰ ਦੇਖ ਕੇ, ਕੰਮ ਕਾਰਾਂ ਨੂੰ ਦੇਖ ਕੇ ਅਸੀਂ ਪਹਿਲਾਂ ਵੀ ਖੜੇ ਸੀ ਹੁਣ ਵੀ ਖੜਾਂਗੇ, ਧੱਕਾ ਹੋ ਜਾਓ ਕਿਸੇ ਦੇ ਬਸ। ਕਿੰਨੀ ਉਮਰ ਹੈ, ਕੀ ਨਾਮ ਹੈ ਤੁਹਾਡਾ? ਮੇਰੀ 85 ਸਾਲ ਤੋਂ ਉੱਪਰ ਉੱਪਰ ਉਮਰ ਹੈ ਜੀ। ਹਾਂਜੀ, ਅਸੀਂ 85 ਸਾਲ ਤੋਂ ਲੈ ਕੇ। ਕੀ ਨਾਮ ਤੁਹਾਡਾ? ਮੇਰੇ ਨਾਮ ਸਰਜੀਤ ਸਿੰਘ, ਚਮਕੀਲਾ ਕਹਿੰਦੇ ਨੇ ਗਊਸ਼ਾਲਾ 'ਚ। ਅਮਰ ਸਿੰਘ ਚਮਕੀਲਾ? ਹਾਂ, ਚਮਕੀਲਾ ਕਹਿੰਦੇ ਨੇ ਜੀ। ਮੇਰੇ ਗੁਰੂ ਪੰਡਿਤ ਪਰਮਾਨੰਦ ਨੇ ਮੇਰਾ ਨਾਂ ਰੱਖਿਆ ਸੀ। ਜਾਣੀ ਕਿ 85 ਕਿਸ ਤਰ੍ਹਾਂ ਦੇਖਦੇ ਹੋ? 85 ਸਾਲ ਦੀ ਤੁਹਾਡੀ ਉਮਰ ਲੱਗਦੀ ਤਾਂ ਨਹੀਂ ਹੈਗੀ, 60 ਸਾਲ ਦੇ ਲੱਗਦੇ ਹੋ, ਹੈ ਨਾ? ਕੰਮ ਦੱਸੋ ਪਿੰਡ ਦੇ। 50 ਸਾਲ ਦਾ ਮੇਰਾ ਮੁੰਡਾ ਹੈ ਜੀ। ਚਲੋ, ਪਿੰਡ ਦੇ ਵਿਕਾਸ ਦੇ ਕੰਮਾਂ ਬਾਰੇ ਦੱਸੋ। ਵਿਕਾਸ ਤਾਂ ਜੀ ਅਸੀਂ ਦੱਸ ਨਹੀਂ ਸਕਦੇ, ਇਹਨਾਂ ਨੇ ਇੰਨਾ ਕੁ ਕਰਤਾ, ਇੰਨਾ ਕੁ ਵਿਕਾਸ ਕਰਤਾ, ਕੋਈ ਕੰਮ ਅਧੂਰਾ ਰਹੇ ਨਹੀਂ। ਜਿਹੜੀ ਵੀ ਕੋਈ ਐਂ ਕੋਈ ਕਹਿ ਨਹੀਂ ਸਕਦੀ ਵੀ ਇੱਥੋਂ ਦੀ ਕੋਈ ਬੰਦਾ ਵੀ ਲੰਘ ਜੂ, ਉੱਥੇ ਤੁਹਾਡੇ ਵਰਗੇ ਅਫਸਰ ਲੰਘਦੇ ਨੇ ਜੀ। ਬਹੁਤ ਜ਼ਿਆਦਾ ਕੰਮ ਵਧੀਆ ਹੋਏ ਨੇ, ਬਾਹਲੇ ਜ਼ਿਆਦਾ ਵਧੀਆ ਹੋਏ ਨੇ। ਸਾਨੂੰ ਤਾਂ ਐਂ ਲੱਗਦਾ ਵੀ ਜਿਹੜਾ ਕੋਈ ਸਰਪੰਚ ਐਤ ਕੇ ਇਹਨਾਂ ਦੇ ਬਰਾਬਰ ਖੜ ਜੂਗਾ ਉਹ ਦੁਪਹਿਰ ਤੋਂ ਪਹਿਲਾਂ ਪਹਿਲਾਂ ਦਸਤਾਰੀ ਤੱਪੜੀ ਲੈ ਕੇ ਆਪਦੇ ਘਰ ਨੂੰ ਵਗ ਜੂ, ਇੰਨੀ ਉਮੀਦ ਆ ਸਾਨੂੰ ਤਾਂ ਸਾਡੇ ਸਾਰੇ ਪਿੰਡ ਦੇ ਵਿੱਚ। 80 ਸਾਲ ਦੀ ਉਮਰ ਦੇ ਵਿੱਚ ਵਿਕਾਸ ਦੇਖਿਆ ਪਿੰਡ ਦੇ ਵਿੱਚ ਕਦੇ ਇਹੋ ਜਿਹਾ? ਚਲੋ, ਜਿਹੜੇ ਪਹਿਲਾਂ ਸਰਪੰਚ ਹੋਏ ਨੇ ਉਹਨਾਂ ਨੇ ਆਪਦੇ ਸਮੇਂ ਦੇ ਨਾਲ ਕਰਦੇ ਰਹੇ ਜਿਹਾ ਵੀ ਹੋਇਆ, ਪਰ ਇਹਨਾਂ ਵਰਗਾ ਨਹੀਂ ਕਿਸੇ ਤੋਂ ਹੋਇਆ। ਇਹਨਾਂ ਨੇ ਤਾਂ ਜਾਣੀ ਕਿ ਉਹ ਕੰਮ ਕਰਤੇ ਜਿਹੜੇ ਕਿਸੇ ਤੋਂ ਹੋਏ ਹੀ ਨਹੀਂ, ਜੋ ਕੋਈ ਕਰੇ ਨਹੀਂ ਸਕਿਆ ਉਹ ਕੰਮ ਇਹਨਾਂ ਨੇ ਕਰਤੇ। ਪਹਿਲਾਂ ਤਾਂ ਸਾਡਾ ਟੋਬੇ ਨੂੰ ਕੋਈ ਛੇੜਦੇ ਹੀ ਨਹੀਂ ਸੀ, ਕਿਸੇ ਨੇ ਛੇੜੇ ਹੀ ਨਹੀਂ, ਹਜ਼ਾਰਾਂ ਟਰਾਲੀਆਂ ਭਰ ਭਰ ਕੇ ਹਰ ਸਾਲ ਪਿੰਡ ਦੇ ਵਿੱਚ ਇੰਨਾ ਪਾਣੀ ਖੜ੍ਹ ਜਾਣਾ ਟੋਬੇ ਦੇ ਵਿੱਚ। ਟੋਬਾ ਪਹਿਲੀ ਬਰਾਬਰ ਤੋਂ ਵੀ ਤਾਂ ਹੋ ਗਿਆ ਸੀ, ਪਿੰਡ ਤੋਂ ਉੱਚਾ ਹੋ ਗਿਆ ਸੀ, ਉਹ ਇਹਨਾਂ ਨੇ ਨੀਵਾਂ ਕਰਾਤਾ, ਹੁਣ ਪਾਣੀ ਦੀ ਤਿੱਪ ਨਹੀਂ ਖੜ੍ਹਦੀ, ਸਾਰਾ ਜਿੰਨਾ ਪਾਣੀ ਮੀਂਹ ਪੈਂਦਾ ਟੋਬੇ 'ਚ ਜਾ ਪੈਂਦਾ। ਸਾਡੇ ਸਰਕਾਰਾਂ ਨੇ 5 ਸਾਲ 'ਚ ਸਹਿਯੋਗ ਦਿੱਤਾ ਪੂਰਾ? ਬਿਲਕੁਲ ਜੀ, ਸਾਡੇ ਧਰਮ ਸੋਤ ਉਹਨਾਂ ਨੇ ਬੜਾ ਸਾਡਾ ਸਹਿਯੋਗ ਦਿੱਤਾ ਜੀ, ਧਰਮ ਸੋਤ ਨੇ ਵੀ ਦਿੱਤਾ, ਸਾਡੇ ਸਿੰਗਲਾ ਸਾਹਿਬ ਨੇ ਵੀ ਦਿੱਤਾ, ਸਾਨੂੰ ਇਹਨਾਂ ਨੇ ਬੜਾ ਸਹਿਯੋਗ ਦਿੱਤਾ, ਸਾਡੀ ਮਦਦ ਕੀਤੀ ਹਰ ਗੱਲ ਦੇ ਵਿੱਚ। ਅਤੇ ਜਿਹੜੇ ਕੰਮ ਰਹਿੰਦੇ ਨੇ ਸਾਨੂੰ ਇਸ ਗੱਲ ਦੀ ਉਮੀਦ ਹੈ ਵੀ ਜਿਵੇਂ ਕਿ ਪੈਲਸ ਹੈ ਜਾਂ ਡਿਫੈਂਸਰੀ ਬਾਰੇ ਬੋਲੇ ਨੇ, ਹੋਰ ਤਾਂ ਦੇ ਬੰਦੇ ਜਿਹੋ ਜਿਹੇ ਵੀ ਹੈਗੇ ਸਾਡੇ ਨਗਰਾਂ ਦੇ, ਉਹ ਜਿਹੇ ਸਰਪੰਚ ਸਾਹਿਬ ਸਾਡੇ ਕਰਨਗੇ, ਅਸੀਂ ਇਹਨਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਖੜਿਆ ਰਹਾਂਗੇ ਵੀ ਇਹਨਾਂ ਦੇ ਨਾਲ ਹੀ। ਬਿਲਕੁਲ, ਗੱਲਬਾਤ ਹੋਰ ਵੀ ਅਸੀਂ ਕਰ ਲੈਂਦੇ, ਕਿਸ ਤਰ੍ਹਾਂ ਲੱਗ ਰਿਹਾ ਪਿੰਡ ਦੇ ਵਿਕਾਸ ਕਰ ਲੈਣ ਲੈ? ਬਹੁਤ ਵਧੀਆ ਕੰਮ ਕੀਤੇ ਨੇ, ਸਾਰੇ ਕੀਤੇ ਨੇ ਜੀ। ਪਹਿਲਾਂ ਤਾਂ ਸਾਡੇ ਕੁਛ ਵੀ ਨਹੀਂ ਹੋਇਆ ਸੀ, ਸਹੀ ਪੁੱਛੋ ਕੋਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰੇ ਨੇ ਜੀ, ਵਧੀਆ ਕੰਮ ਕਰੇ ਨੇ ਜੀ। ਬਹੁਤ ਵਧੀਆ ਹੋਏ ਨੇ ਜੀ, ਲਾਈਟਾਂ ਲੂਟਾਂ ਫੁੱਲ ਲੱਗ ਗਈਆਂ ਸਾਰੇ ਪਿੰਡ 'ਚ, ਕੋਈ ਐਂ ਨਹੀਂ ਕਹਿ ਸਕਦਾ ਮੇਰੇ ਗਲੀ 'ਚ ਬਾਰ ਦੇ ਮੂਹਰੇ ਲਾਈ ਲਾਈਟ, ਸਭ ਦੇ ਹਰੇਕ ਦੇ ਬਾਰ ਦੇ ਮੂਹਰੇ ਲਾਈਟ ਇਕੱਲੀ ਇਕੱਲੀ ਲਾਈ ਹੋਈ, ਕੋਈ ਐਂ ਨਹੀਂ ਕਹਿ ਸਕਦਾ। ਸਾਰੇ ਪਿੰਡ 'ਚ ਸਫਾਈ ਫੁੱਲ ਹੈ ਜੀ, ਬੰਦੇ ਲਾਏ ਹੋਏ ਨੇ ਅਤੇ ਗਲੀਆਂ ਨਾਲੀਆਂ ਸਾਫ਼ ਕਰਨ, ਮਹੀਨੇ ਬਾਅਦ ਉਹ ਮੈਨੂੰ ਕਰਕੇ ਜਾਂਦੇ। ਵਧੀਆ ਸਾਫ਼ ਸੁਥਰਾ ਪਿੰਡ ਬਣਾ ਤਾ? ਹਾਂਜੀ, ਬਹੁਤ ਵਧੀਆ ਸਾਫ਼ ਸੁਥਰਾ। ਅੱਗੇ ਕੀ ਆਸਾਂ ਨੇ? ਅੱਗੇ ਵੀ ਇਹੀ ਆਸ ਭਾਲਦੇ ਜੀ ਵੀ ਭੀਮ ਸਿੰਘ ਆ ਵੀ ਵੀ ਵਧੀਆ ਕੰਮ। ਅਸੀਂ ਤਾਂ ਥੋੜ੍ਹੀ ਜਿਹੀ ਇੱਕ ਹੋਰ ਵੀ ਗੱਲ ਹੈ ਜੀ, ਅੱਜ ਲਾਈਟਾਂ ਫਾਈਟਾਂ ਵਾਲੀ ਗੱਲ, ਘਰ ਘਰ ਲਾਈਟ ਮਚਾਤੀਆਂ ਨੇ ਹਰੇਕ ਮੋੜ 'ਤੇ। ਅੱਜ ਦਾ ਵਿਚਾਰੇ ਦਾ ਦਿਨ ਦੁਪਹਿਰੇ ਘਰ ਲੁੱਟਿਆ ਗਿਆ, ਰਾਤ ਨੂੰ ਇੱਕ ਬੱਛਰੂ ਵੀ ਨਹੀਂ ਛੱਡਿਆ, ਸਾਫ਼ ਕਰਤਾ ਮੈਂ ਸਾਰੀਆਂ ਲੈ ਗਏ ਵਿਚਾਰੇ ਦੀਆਂ। ਹੁਣ ਸਾਡੇ ਚੋਰੀ 'ਚ ਆਪਾਂ ਮਤਲਬ ਕਿ ਲਾਈਟਾਂ ਇੰਨੀਆਂ ਮੱਚ ਪਈਆਂ, ਦਿਨ ਚੜਿਆ ਪਿਆ ਪਿੰਡ ਦੇ ਵਿੱਚ। ਅਸੀਂ ਤਾਂ ਸਰਪੰਚ ਦੀ ਕੋਈ ਸਿਫਤ ਕਰਨ ਜੋਗਰੇ ਵੀ ਨਹੀਂ, ਹਾਂ ਇੰਨੀਆਂ ਸਿਫਤਾਂ ਦੇ ਲਾਇਕ ਨੇ ਇਹ। ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਵਿਕਾਸ ਕਾਰਜ? ਤੁਸੀਂ ਮੈਂਬਰ ਰਹੇ ਹੋ ਪੰਚਾਇਤ ਦੇ? ਬਹੁਤ ਵਧੀਆ ਵਿਕਾਸ ਕਰਿਆ ਜੀ ਅਸੀਂ, ਪਿੰਡ ਦਾ ਸਰਪੰਚ ਸਾਹਿਬ ਨੇ। ਸਾਡੇ ਤਾਂ ਸਭ ਤੋਂ ਵੱਡੀ ਸਮੱਸਿਆ ਟੋਬੇ ਦੀ ਜੀ, ਟੋਬੇ ਨੇ ਕਰੋੜਾਂ ਰੁਪਈਆ ਲਵਾਤਾ ਸਾਡੇ ਪਿੰਡ ਦਾ, ਅਗਲਾ ਆਪਦੇ ਘਰ ਮਿੱਟੀ ਪਾ ਲੈਂਦੀ, ਗਰੀਬ ਪਾ ਨਹੀਂ ਸਕਦਾ ਜੀ। ਉਹ ਸਰਪੰਚ ਸਾਹਿਬ ਨੇ ਟੋਬੇ ਪਹਿਲਾਂ ਕੰਮ ਟੋਬੇ ਦਾ ਕਰਿਆ ਜੀ, ਹੁਣ ਗਰੀਬਾਂ ਦੇ ਘਰਾਂ 'ਚ ਪਾਣੀ ਨਹੀਂ ਖੜਦਾ ਜੀ, ਪਹਿਲਾਂ ਇੰਨਾ ਪਾਣੀ ਖੜ ਜਾਂਦਾ ਸੀ।
ਹਾਂ ਬਿਲਕੁਲ, ਪਿੰਡ ਦੇ ਲੋਕਾਂ ਦੇ ਨਾਲ ਜਿੱਥੇ ਗੱਲਬਾਤ ਕੀਤੀ ਆ ਉੱਥੇ ਮੈਡਮ ਸਰਪੰਚ ਗੁਰਮੀਤ ਕੌਰ ਦੇ ਨਾਲ ਵੀ ਗੱਲਬਾਤ ਕੀਤੀ ਆ। ਪਿੰਡ ਦੇ ਲੋਕ ਬੜੇ ਖੁਸ਼ ਨਜ਼ਰ ਆ ਰਹੇ ਨੇ ਗੁਰਮੀਤ ਕੌਰ ਦੇ 5 ਸਾਲ ਦੇ ਕਾਰਜਕਾਲ ਦੇ ਕੰਮਾਂ ਤੋਂ, ਪਰ ਅੱਗੇ ਲਈ ਵੀ ਕਹਿੰਦੇ ਗੁਰਮੀਤ ਕੌਰ ਨੂੰ ਚੁਣਿਆ ਜਾਣਾ ਚਾਹੀਦਾ ਕਿਉਂਕਿ ਪਿੰਡ ਦੀ ਡਿਵੈਲਪਮੈਂਟ ਪਿਛਲੇ 70 ਸਾਲ ਦੇ ਵਿੱਚ ਨਹੀਂ ਹੋਈ ਜੋ 5 ਸਾਲ ਦੇ ਵਿੱਚ ਗੁਰਮੀਤ ਕੌਰ ਨੇ ਕਰਕੇ ਵਿਖਾਈ ਆ। ਨਵਾਂ ਤੋਂ ਹਰਮੀਤ ਸਿੰਘ ਮਾਨ।